ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿੱਚ। ਅੱਜ ਦੀਆਂ ਜੋ ਵੈਕੈਂਸੀਆਂ ਨੇ ਉਹ ਪੰਜਾਬ ਵਿੱਚ ਆਈਆਂ ਨੇ, ਪੰਜਾਬ ਵਿਧਾਨ ਸਭਾ ਸਕੱਤਰੇਤ ਇਸ਼ਤਿਹਾਰ ਨੰਬਰ 1/2019, ਜੋ ਤੁਹਾਨੂੰ ਦੱਸਦਾ ਨੇ ਕੀ ਡਿਟੇਲ ਹੈ, ਨਾਲ ਤਨਖਾਹ ਕੀ, ਵਿੱਦਿਅਕ ਯੋਗਤਾ। ਹੇਠ ਲਿਖੀਆਂ ਆਰਜ਼ੀ ਅਸਾਮੀਆਂ ਲਈ ਨਿਰਧਾਰਤ ਪ੍ਰੋਫਾਰਮੇ 'ਤੇ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ, ਜੋ ਸਕੱਤਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ, ਪਾਸ ਮਿਤੀ 22/3/2019, ਸ਼ਾਮ 5 ਵਜੇ ਤੱਕ ਪਹੁੰਚ ਜਾਣੇ ਚਾਹੀਦੇ ਹਨ। ਅਰਜ਼ੀ ਨਾਲ ਵਿੱਦਿਅਕ ਯੋਗਤਾ ਦਾ ਕੋਈ ਵੀ ਸਰਟੀਫਿਕੇਟ ਨੱਥੀ ਨਾ ਕੀਤਾ ਜਾਵੇ, ਜੋ ਬਾਅਦ ਵਿੱਚ ਮੰਗੇ ਜਾਣਗੇ। ਸਰਕਾਰੀ ਕਰਮਚਾਰੀ ਆਪਣੀਆਂ ਅਰਜ਼ੀਆਂ ਯੋਗ ਪ੍ਰਣਾਲੀ ਰਾਹੀਂ ਸਮੇਤ ਨਿਰਧਾਰਤ ਫੀਸ ਭੇਜਣ। ਅਗੇਤੀ ਕਾਪੀ ਅੰਤਮ ਮਿਤੀ ਤੋਂ ਪਹਿਲਾਂ ਭੇਜੀ ਜਾਵੇ ਅਤੇ ਅਰਜ਼ੀ 'ਤੇ ਅਗੇਤੀ ਕਾਪੀ ਲਿਖਿਆ ਜਾਵੇ। ਆਖਰੀ ਤਰੀਕ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਕੋਈ ਵੀ ਵਿਚਾਰ ਨਹੀਂ ਕੀਤਾ ਜਾਵੇਗਾ। ਆਫਲਾਈਨ ਨੇ ਜੀ ਇਹ। ਅੱਗੇ ਤੁਹਾਨੂੰ ਦੱਸ ਦਿੰਦੇ ਹਾਂ ਅਸਾਮੀ ਦਾ ਨਾਂ। ਸਿਸਟਮ ਐਨਾਲਿਸਟ 1 ਪੋਸਟ ਹੈ, ਇਹਦੀ ਤਨਖਾਹ ਜੀ 15,600 ਸਟਾਰਟਿੰਗ ਹੈ, 39,100 ਤੱਕ, ਪਲੱਸ ਜਿਹੜੀ 5,400 GPA। ਵਿੱਦਿਅਕ ਯੋਗਤਾ, ਦਾ ਕੈਂਡੀਡੇਟ ਸ਼ੁੱਡ ਬੀ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ, ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨੀਅਰਿੰਗ, ਕੰਪਿਊਟਰ ਟੈਕਨੋਲੋਜੀ ਇਨ ਫਸਟ ਕਲਾਸ ਫਰੋਮ ਏ ਰਿਕੋਨਾਈਜ਼ਡ ਯੂਨੀਵਰਸਿਟੀ ਵਿਦ ਐਨ ਐਕਸਪੀਰੀਅੰਸ ਔਫ 5 ਈਅਰਸ ਇਨ ਟੀਚਿੰਗ। ਇਹਨਾਂ ਦੀ ਇਹ ਕੁਆਲੀਫਿਕੇਸ਼ਨ ਮੰਗੀ ਗਈ ਹੈ। ਅਗਲੀ ਹੈ ਜੀ ਅਸਿਸਟੈਂਟ ਪ੍ਰੋਗਰਾਮਰ, 2 ਪੋਸਟਾਂ ਨੇ, ਤਨਖਾਹ ਇਹਦੀ 10,300 ਤੋਂ 34,800, 4,400 ਹੈ ਜੋ GP ਹੈ। ਇਸ ਲਈ ਵੀ ਹੈ ਜੋ ਗ੍ਰੈਜੂਏਟ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਇਨਫੋਰਮੇਸ਼ਨ ਸੇਮ ਹੈ ਜੀ, ਪਹਿਲੀ ਤਰ੍ਹਾਂ ਹੀ ਕੁਆਲੀਫਿਕੇਸ਼ਨ ਮੰਗੀ ਗਈ ਹੈ ਇਸ ਵੀ ਇਸ ਪੋਸਟ ਵਿੱਚ ਵੀ। ਅਗਲੀ ਹੈ ਜੀ ਕਲਰਕ ਦੀ, ਇਸ ਵਿੱਚ 4 ਪੋਸਟਾਂ ਨੇ, 10,300 ਤੋਂ ਜੋ 34,800 ਹੈ, 3,200 GP ਹੈ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਵੇ, ਮੈਟ੍ਰਿਕ ਪੱਧਰ ਤੱਕ ਹੈ ਜੋ ਪੰਜਾਬੀ ਪਾਸ ਹੈ ਜੋ ਲਾਜ਼ਮੀ ਹੋਣਾ ਚਾਹੀਦਾ ਹੈ, ਪੰਜਾਬੀ ਅੰਗਰੇਜ਼ੀ ਟਾਈਪ ਦਾ 30 ਸ਼ਬਦ ਪ੍ਰਤੀ ਮਿੰਟ 'ਤੇ ਟੈਸਟ ਲਿਆ ਜਾਵੇਗਾ। ਉਮੀਦਵਾਰ ਕੋਲ ਘੱਟੋ ਘੱਟ 120 ਘੰਟੇ 6 ਮਹੀਨੇ ਦਾ ਕੰਪਿਊਟਰ ਐਪਲੀਕੇਸ਼ਨ ਦਾ ਸਰਟੀਫਿਕੇਟ ਹੋਵੇ, ਜੋ ਕਿਸੇ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਜਾਂ ਮੰਨੀ ਪ੍ਰਮੰਨੀ ISO ਸਰਟੀਫਾਈਡ ਸੰਸਥਾ ਦਾ ਹੋਵੇ। ਇਹ ਇੰਪੋਰਟੈਂਟ ਆ ਪੋਸਟ ਜੀ ਕਲਰਕ ਦੀ। ਤੁਸੀਂ ਅਗਲੀ ਹੈ ਕੰਪਿਊਟਰ ਓਪਰੇਟਰ, 2 ਪੋਸਟਾਂ ਨੇ, ਤਨਖਾਹ 10,300 ਤੋਂ 34,800, 3,200 GP ਹੈ। ਇਹਦੇ ਵਿੱਚ ਵੀ ਹੈ ਜੋ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ ਸਾਇੰਸ ਸੇਮ ਕੁਆਲੀਫਿਕੇਸ਼ਨ ਹੈ ਜੀ, ਜੋ ਤੁਹਾਨੂੰ ਪਹਿਲੀ ਅਤੇ ਦੂਜੀ ਪੋਸਟ ਵਿੱਚ ਦੱਸੀ ਸੀ। ਟਾਈਪਿੰਗ ਜ਼ਰੂਰ ਮੰਗੀ ਗਈ ਇਸ ਵਿੱਚ, ਇੰਨਾ ਕੁ ਫਰਕ ਹੈ ਪੰਜਾਬੀ ਅਤੇ ਇੰਗਲਿਸ਼ ਦੀ, 30 ਵਰਡ ਪਰ ਮਿੰਟ। ਅਗਲੀ ਹੈ ਜੀ ਡਾਟਾ ਐਂਟਰੀ ਓਪਰੇਟਰ ਨੇ ਜੋ 4 ਰੱਖਣੇ ਹੈ, 10,300 ਤੋਂ 34,800, 3,200 ਹੈ ਜੋ GP ਹੈ। ਇਹਦੀ ਵੀ ਕੁਆਲੀਫਿਕੇਸ਼ਨ ਹੈ ਜੋ ਸੇਮ ਹੈ, ਜੋ ਤੁਹਾਨੂੰ ਹੁਣੇ 4 ਨੰਬਰ 'ਤੇ ਪੋਸਟ ਦੱਸੀ ਹੈ। ਅੱਗੇ ਹੈ ਜੂਨੀਅਰ ਅਨੁਵਾਦਕ, 1 ਪੋਸਟ ਹੈ, 10,300 ਤੋਂ 34,800, 3,600 GP ਹੈ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੈ ਜੋ ਗ੍ਰੈਜੂਏਟ ਹੋਵੇ, ਮੈਟ੍ਰਿਕ ਪੱਧਰ ਤੱਕ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ, ਉਸਦੀ ਅੰਗਰੇਜ਼ੀ ਪੰਜਾਬੀ ਹਿੰਦੀ ਵਿੱਚ ਪ੍ਰਵੀਨਤਾ ਹੋਵੇ, ਯਾਨੀ ਕਿ ਪ੍ਰਵੀਨਤਾ ਹੋਵੇ, ਮਾਹਿਰ ਹੋਵੇ। ਉਮੀਦਵਾਰ ਟ੍ਰਾਂਸਲੇਸ਼ਨ ਦਾ ਨਿਰਧਾਰਤ ਟੈਸਟ ਪੰਜਾਬੀ ਅਤੇ ਅੰਗਰੇਜ਼ੀ ਹਿੰਦੀ ਤੋਂ ਅੰਗਰੇਜ਼ੀ ਪਾਸ ਕਰੇਗਾ, ਉਸਨੂੰ ਕੰਪਿਊਟਰ ਐਪਲੀਕੇਸ਼ਨ ਦਾ ਗਿਆਨ ਜ਼ਰੂਰੀ ਹੈ। ਅਗਲੀ 7 ਨੰਬਰ 'ਤੇ ਹੈ ਜੀ ਕਾਪੀ ਹੈਲਡਰ ਦੀ, 1 ਪੋਸਟ ਹੈ, ਇਸ ਵਿੱਚ ਵੀ ਇਹਨਾਂ ਨੇ ਗ੍ਰੈਜੂਏਟ ਹੋਣਾ ਚਾਹੀਦਾ ਹੈ,
ਮੈਟ੍ਰਿਕ ਪੱਧਰ ਤੱਕ ਹੈ ਜੋ ਪੰਜਾਬੀ ਪਾਸ ਹੋਵੇ, ਕੰਪਿਊਟਰ ਐਪਲੀਕੇਸ਼ਨ ਦਾ ਉਸਨੂੰ ਗਿਆਨ ਜ਼ਰੂਰੀ ਹੋਵੇ। ਅਗਲੀ ਪੋਸਟ ਹੈ ਨੇ ਜੀ ਫਾਰ ਐਂਡ ਵਾਰਡ ਸਹਾਇਕ, ਚਾਰ ਪੋਸਟਾਂ ਨੇ, ਪੇ ਵੀ ਤੁਹਾਨੂੰ ਦੱਸ ਰਹੀ ਕਿੰਨੀ ਹੈ ਜੀ, 800 ਤੋਂ ਹੈ ਜੋ ਸਟਾਰਟਿੰਗ ਹੈ, 20,200 ਐਂਡ ਹੈ, 1900 GP ਹੈ। ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10+2 ਦੀ ਪ੍ਰੀਖਿਆ ਪਾਸ ਕੀਤੀ ਹੋਵੇ, ਮੈਟ੍ਰਿਕ ਪੱਧਰ ਤੱਕ ਹੈ ਜੋ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ, ਐਕਸ ਸਰਵਿਸਮੈਨ ਨੂੰ ਇਸ ਵਿੱਚ ਪਹਿਲ ਦਿੱਤੀ ਜਾਏਗੀ। ਅੱਗੇ ਸੇਵਾਦਾਰ ਨੇ ਇਹਦੀਆਂ ਪੰਜ ਪੋਸਟਾਂ ਨੇ, 5900 ਤੋਂ 10-180 ਹੈ ਜੋ ਤਨਖਾਹ, 1650 GP ਹੈ, ਇਹਦੇ ਲਈ ਯੋਗਤਾ ਹੈ ਜੋ 8ਵੀਂ ਪਾਸ ਹੈ। ਅੱਗੇ ਸਫਾਈ ਸੇਵਕ ਚਾਰ ਨੇ, 4900 ਤੋਂ ਸਟਾਰਟਿੰਗ ਤਨਖਾਹ ਹੈ, 10-180 ਅਤੇ 1650 ਇਹਦੀ GP ਹੈ, ਇਹਦੇ ਲਈ ਚਾਹੀਦੀ ਹੈ ਯੋਗਤਾ ਜੀ 5ਵੀਂ ਪਾਸ। ਅੱਗੇ ਇਹਨਾਂ ਨੇ ਡਿਟੇਲ ਦਿੱਤੀ ਹੈ, ਕ੍ਰਮ ਨੂੰ 1 ਤੋਂ 8 ਤੱਕ ਲਈ ਅਰਜ਼ੀ ਫੀਸ, ਜਨਰਲ ਸ਼੍ਰੇਣੀ ਲਈ ਜੋ ਫੀਸ ਹੈ 200 ਰੁਪਏ ਹੈ, ਅਤੇ ਪੰਜਾਬ ਰਾਜ ਦੇ ਵਸਨੀਕ SC ਅਤੇ BC ਆਦਿ ਨਾਲ ਸੰਬੰਧਿਤ ਲਈ ਜੋ 100 ਰੁਪਏ ਦਾ ਬੋਰਡਨ ਯੋਗ ਹੈ, ਅਤੇ ਕ੍ਰਮ ਨੂੰ 9 ਅਤੇ 10 ਲਈ ਅਰਜ਼ੀ ਫੀਸ, ਜਨਰਲ ਸ਼੍ਰੇਣੀ ਲਈ 100 ਰੁਪਏ ਹੈ, ਅਤੇ ਪੰਜਾਬ ਰਾਜ ਦੇ ਵਸਨੀਕ SC ST ਅਤੇ BC ਨਾਲ ਸੰਬੰਧਿਤ ਪ੍ਰਾਰਥੀ ਲਈ 50 ਰੁਪਏ ਦਾ ਬੋਰਡਨ ਯੋਗ ਹੈ, ਯਾਨੀ ਕਿ ਤੁਹਾਡੇ ਵਾਪਸ ਹੋਣਗੇ। ਇਹ ਪੋਸਟਾਂ ਨੇ ਜੀ। ਇਸ ਤੋਂ ਬਾਅਦ ਇਹਨਾਂ ਨੇ ਉਮੀਦਵਾਰ ਦੀ ਉਮਰ ਦੱਸੀ ਹੈ, 18 ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਿਤੀ 1-1-2019 ਨੂੰ ਏਜ ਮੰਗੀ ਗਈ ਹੈ ਜੀ, ਅਤੇ 5 ਸਾਲ ਦੀ ਛੋਟ ਹੈ SC ਅਤੇ BC ਉਮੀਦਵਾਰਾਂ ਨੂੰ। ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਵੀ ਫੌਰਨ ਤੌਰ 'ਤੇ ਕੋਈ ਵੀ ਹੈ ਜੋ ਮੌਕੇ ਦਾ ਬਦਲਾਅ ਵੀ ਹੋ ਸਕਦਾ, ਲਿਖਤੀ ਟੈਸਟ, ਇੰਟਰਵਿਊ ਆਦਿ ਸ਼ਾਮਿਲ ਕੀਤੀ ਜਾ ਸਕਦੀ ਹੈ ਜੇ ਕਰਨੀ ਪਈ। ਅੱਗੇ ਇਹਨਾਂ ਨੇ ਹਦਾਇਤਾਂ ਦੱਸੀਆਂ ਨੇ, ਜੋ ਵੀ ਅਸਾਮੀ ਤੁਸੀਂ ਭਰਨੀ ਹੈ ਉਹਦਾ ਨਾਂ ਲਿਫਾਫੇ ਉੱਪਰ ਲਿਖਿਆ ਜਾਵੇ, ਹਰੇਕ ਅਸਾਮੀ ਲਈ ਵੱਖਰੀ ਅਰਜ਼ੀ ਅਤੇ ਵੱਖਰੀ ਫੀਸ ਭੇਜੀ ਜਾਵੇ। ਸੈਕਿੰਡ ਹੈ, ਡਾਕ ਦੀ ਦੇਰੀ ਲਈ ਦਫ਼ਤਰ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ। ਅਧੂਰੀ, ਬਿਨਾਂ ਹਸਤਾਖਰ, ਬਿਨਾਂ ਫੀਸ ਅਯੋਗ ਉਮੀਦਵਾਰ ਦੀ ਅਰਜ਼ੀ ਰੱਦ ਕੀਤੀ ਜਾਵੇਗੀ। ਅਸਾਮੀਆਂ ਦੀ ਗਿਣਤੀ ਘੱਟ ਵੱਧ ਸਕਦੀ ਹੈ। IPO ਡਰਾਫਟ ਦੇ ਪਿੱਛੇ ਉਮੀਦਵਾਰ ਆਪਣਾ ਨਾਮ, ਪਿਤਾ ਦਾ ਨਾਮ, ਮੋਬਾਈਲ ਨੰਬਰ ਜ਼ਰੂਰ ਲਿਖਣ। ਇਸ ਇਸ਼ਤਿਹਾਰ ਸੰਬੰਧੀ ਕਿਸੇ ਕਿਸਮ ਦੀ ਸੋਧ, ਨਿਯੁਕਤੀ ਸੰਬੰਧੀ ਅਗਲੀ ਕਾਰਵਾਈ, ਰੋਲ ਨੰਬਰ ਜਾਰੀ ਕਰਨ, ਟਾਈਪ ਟੈਸਟ, ਲਿਖਤੀ ਟੈਸਟ, ਇੰਟਰਵਿਊ ਦੀ ਸੂਚਨਾ ਵਿਧਾਨ ਸਭਾ ਦੀ ਵੈਬਸਾਈਟ punjabassembly.nic.in 'ਤੇ ਦੇਖੀ ਜਾ ਸਕੇਗੀ। ਇਹ ਇਹਨਾਂ ਦੀ ਸਾਈਟ ਹੈ, ਜ਼ਰੂਰ ਨੋਟ ਕਰ ਲਿਓ। ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਅਰਜ਼ੀ ਫਾਰਮ ਨਾਲ ਨਾ ਲਗਾਏ ਜਾਣ, ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਹ ਬਾਅਦ ਵਿੱਚ ਮੰਗੇ ਜਾਣਗੇ। ਉਮੀਦਵਾਰ ਆਪਣੇ ਸਹੀ ਅਤੇ ਮੁਕੰਮਲ ਵੇਰਵੇ ਅਰਜ਼ੀ ਫਾਰਮ ਵਿੱਚ ਦੇਵੇਗਾ, ਜਿਸ ਦੀ ਅਸਲੀਅਤ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ। ਅਗਰ ਕੋਈ ਸੂਚਨਾ ਕਿਸੇ ਵੀ ਪੜਾਅ 'ਤੇ ਗਲਤ ਸਾਬਤ ਹੁੰਦੀ ਹੈ ਤਾਂ ਉਮੀਦਵਾਰ ਦੀ ਅਰਜ਼ੀ ਹੈ ਜੋ ਰੱਦ ਕੀਤੀ ਜਾਵੇਗੀ। ਨਿਯਮਾਂ ਅਤੇ ਸਮੇਂ 'ਤੇ ਜਾਰੀ ਹਦਾਇਤਾਂ ਨੇ ਜੋ ਉਹਨਾਂ ਦੇ ਅਨੁਸਾਰ ਭਾਰਤੀ ਸਮੇਂ ਰਾਖਵਾਂ ਕਰਨ ਦੀ ਪਾਲਿਸੀ ਲਾਗੂ ਕੀਤੀ ਜਾਵੇਗੀ। ਸੋ ਦੋਸਤੋ, ਇਹ ਪੋਸਟਾਂ ਨੇ, ਤੁਸੀਂ ਵੀ ਐਲੀਜੀਬਲ ਹੋ, ਇੰਟਰਸਟਡ ਹੋ ਤਾਂ ਇਹ ਪੋਸਟਾਂ ਪੰਜਾਬ ਵਿੱਚ ਨੇ, ਪੰਜਾਬ ਵਿਧਾਨ ਸਭਾ ਸਕੱਤਰੇਤ, ਤਾਂ ਜ਼ਰੂਰ ਅਪਲਾਈ ਕਰੋ ਜੀ, ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਤੁਹਾਨੂੰ ਜੋ ਵੀ ਨਵੀਂ ਭਰਤੀ ਆਉਂਦੀ ਹੈ, ਜੋ ਵੀ ਵੈਕੈਂਸੀ ਆਉਂਦੀ ਹੈ, ਕਿਸੇ ਵੀ ਡਿਪਾਰਟਮੈਂਟ 'ਚ ਆਉਂਦੀ ਹੈ, ਇੰਡੀਆ ਲੈਵਲ 'ਤੇ ਆ ਜਾਂ ਪੰਜਾਬ ਲੈਵਲ 'ਤੇ ਆ, ਤੁਹਾਨੂੰ ਨੋਟੀਫਿਕੇਸ਼ਨ ਹੈ ਜੋ ਮਿਲ ਸਕੇ। ਧੰਨਵਾਦ ਜੀ।